ਜੋ ਬੀਤੇ ਦਿਨ ਦੀ VOTING ਹੋਈ ਆ ਤਾਂ ਉਸ ਦੇ ਮੱਦੇ ਨਜ਼ਰ ਹਰੇਕ ਮਤਦਾਤਾ ਨੇ ਆਪਣੀ ਮਤਦਾਦਾਨ ਕੀਤਾ ਤੇ ਉਸ ਤੋਂ ਅਗਲੇ ਦਿਨ ਯਾਨੀ ਕਿ ਅੱਜ ਦੇ ਦਿਨ ਜੋ ਉਮੀਦਵਾਰ ਨੇ ਉਹ ਕਿਹੋ ਜੀ ਆਪਣਾ ਜੀਵਨ ਬਸਰ ਕਰ ਰਹੇ ਨੇ ਬਤੀਤ ਕਰ ਰਹੇ ਨੇ ਅੱਜ ਦਾ ਦਿਨ ਕਿਵੇਂ ਦਾ ਰਹਿ ਰਿਹਾ ਤਾਂ ਗੁਰਪ੍ਰੀਤ ਕੰਗੜ ਹੋਰਾਂ ਨਾਲ ਗੱਲਬਾਤ ਕਰਾਂਗੇ ਹਾਲਾਂਕਿ ਲੱਗ ਰਿਹਾ ਕਿ ਉਹਨਾਂ ਦੇ ਪਿੰਡ ਦੇ ਵਿੱਚ ਜੋ ਲੋਕ ਨੇ ਉਹ ਮੌਜੂਦ ਨੇ ਤੇ ਕੀ ਕੰਮ ਦੇ ਤਹਿਤ ਆਏ ਨੇ ਜਾਂ ਕਿਵੇਂ ਆਏ ਨੇ ਉਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰਨੀ ਚਾਹਾਂਗੇ ਕਿ ਆਖਿਰ ਕਿਹੜੇ ਪਰਪਸ ਦੇ ਨਾਲ ਆਏ ਨੇ ਨਹੀਂ ਤਾਂ ਅੱਗੇ ਤਾਂ ਰੁਟੀਨ ਦੇ ਕੰਮ ਦੇ ਤਹਿਤ ਗੁਰਪ੍ਰੀਤ ਕਾਂਗੜਾ ਨੂੰ ਉਹ ਮਿਲਣਾ ਹੁੰਦੇ ਨੇ ਲੇਕਿਨ ਅੱਜ ਗੱਲਬਾਤ ਉਹਨਾਂ ਦੇ ਨਾਲ ਕਰਦੇ ਆ ਕਿ ਉਹ ਕਿਸ ਮਤਲਬ ਕੰਮ ਦੇ ਜ਼ਰੀਏ ਆਏ ਨੇ ਜਾਂ ਫਿਰ ਵੈਸੇ ਕਾਂਗੜਾ ਸਾਹਿਬ ਨੂੰ ਮਿਲਣਾ ਆਏ ਨੇ ਕਿਉਂਕਿ ਅੱਜ ਦਾ ਦਿਨ ਗੁਰਪ੍ਰੀਤ ਕਾਂਗੜਾ ਦਾ ਕਹਿੋ ਜਾ ਰਹਿਣ ਵਾਲਾ ਉਸ ਬਾਬਤ ਅਸੀਂ ਗੱਲਬਾਤ ਕਰਾਂਗੇ ਕਾਂਗੜਾ ਸਾਹਿਬ ਜੀ ਮੇਰੇ ਦਾ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਵੈਲਕਮ ਤੁਸੀਂ ਸਾਡੀ ਟੀਮ ਆਈ ਸਾਡੇ ਕੋਲੇ ਕਾਂਗੜਾ ਸਾਹਿਬ ਕੀ ਕਹੋਗੇ ਕਿ VOTING ਹੋ ਚੁੱਕੀ ਹੈ ਤੇ ਅੱਜ ਦਾ ਦਿਨ ਹੁਣ ਫੇਰ ਰੂਟੀਨ ਇਹ ਤੁਹਾਨੂੰ ਮਿਲਣਾ ਆਏ ਨੇ ਕੰਮ ਪ੍ਰਤੀ ਆਏ ਨੇ ਜਾਂ ਫਿਰ ਕੱਲ ਦੀ ਜਿਹੜੀ VOTING ਤੇ ਉਹਦੇ ਸਬਕ ਕੋਈ ਚਰਚਾ ਚੁਰਚਾ ਚ ਇਹ ਕੋਈ ਸਿਆਸੀ ਬੰਦੇ ਨੂੰ ਤਾਂ ਹਮੇਸ਼ਾ ਹੀ ਜਨਤਾ ਮਿਲਦੀ ਰਹਿੰਦੀ ਹੈ ਉਹ ਚੀਜ਼ ਭਰਾ ਹੁੰਦਾ ਉਹ ਚ ਸਾਨੂੰ ਵੀ ਖੁਸ਼ੀ ਰਹਿੰਦੀ ਹੈ ਜੇ ਸਿਆਸੀ ਬੰਦੇ ਨੂੰ ਕੋਈ ਮਿਲਣੀ ਨਾ ਜਾਵੇ ਉਹਦੀ ਸਿਹਤ ਵੀ ਨਹੀਂ ਠੀਕ ਰਹਿੰਦੀ ਤੇ ਸਾਰਾ ਸਿਸਟਮ ਖਰਾਬ ਹੋ ਜਾਂਦਾ ਅਸੀਂ ਤਾਂ ਖੁਸ਼ੀ ਮਨਾਉਂਦੇ ਹਾਂ ਜਦੋਂ ਵੀ ਕੋਈ ਬੇਸ਼ੱਕ ਕਿੰਨੇ ਬਿਜ਼ੀ ਹੋ ਕੇ ਉਹ ਚ ਫ੍ਰੀ ਹੋਈ ਤੇ ਜਨਤਾ ਆਉਂਦੀ ਰਹੇ ਤੇ ਉਹ ਦਿਨ ਵਧੀਆ ਲੰਘਦਾ ਤੇ ਅੱਜ ਫਿਰ ਇਹ ਕੰਮ ਕੰਮ ਦੇ ਪ੍ਰਤੀ ਆਏ ਨੇ ਜਾਂ ਵੈਸੇ ਤੁਹਾਨੂੰ ਮਿਲਣ ਲਈ ਆਏ ਨੇ ਵੈਸੇ ਅੱਜ ਤਾਂ ਜਿਵੇਂ ਪੂਲਿੰਗ ਹੋਈ ਹੈ ਆਪਣੇ ਆਪਣੇ ਪਿੰਡਾਂ 'ਚ ਦੱਸਣ ਆਏ ਵੀ ਸਾਡੇ ਬਹੁਤ ਵਧੀਆ ਹੋਈ ਅਮਨ ਮਾਨ ਸ਼ਾਂਤੀ ਨਾਲ ਹੋਈ ਕੋਈ ਗੜਬੜ ਨਹੀਂ ਹੋਈ ਮਤਲਬ ਸਾਰੇ ਪਿੰਡ ਨੇ ਬੜੀ ਪਿਆਰ ਨਾਲ ਇੱਕ ਹੀ ਨਾ ਵੋਟਾਂ ਪਾਈਆਂ ਅੱਡੋ ਅੱਡ ਪਾਰਟੀਆਂ ਨੂੰ ਕੋਈ ਵੀ ਕਿਸੇ ਗਰਮੀ ਸਰਦੀ ਦੇਖ ਨੂੰ ਨਹੀਂ ਮਿਲ ਪੁੱਲਗੇ ਬਿਲਕੁਲ ਕਾਂਗਰਸ ਸਾਹਿਬ ਇਸ ਵਾਰੀ ਜੋ ਬਹੁਤ ਅਮਨ ਆਮਾਨ ਦੇ ਨਾਲ VOTING ਹੋਈ ਹੈ ਕੀ ਕਹੋਗੇ ਕਿ ਹਰ ਇੱਕ ਇਲੈਕਸ਼ਨ ਦੇ ਵਿੱਚ ਹੀ ਦੇਖਣ ਨੂੰ ਮਿਲਦਾ ਸੀ ਪਹਿਲਾਂ ਕਿ ਕਿਤੇ ਝਗੜਾ ਹੋ ਗਿਆ ਕਿਤੇ ਗੋਲੀ ਚੱਲ ਗਈ ਲੇਕਿਨ ਇਸ ਵਾਰੀ ਮੰਨਦੇ ਹੋ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਜਿਹੜੇ ਰੂਲ ਸੀ ਉਹਨਾਂ ਨੂੰ ਫੋਲੋ ਕੀਤਾ ਗਿਆ ਵੇਖੋ ਉਹ ਤਾਂ ਰੂਲ ਫੋਲੋ ਕਰਨਾ ਹੀ ਹੁੰਦਾ ਸਾਰੇ ਨਾਲ ਇਹ ਗਵਰਨਮੈਂਟ ਦੀ ਵੀ ਬੜੀ ਵੱਡੀ ਗੱਲ ਹੈ ਜੋ ਗਵਰਨਮੈਂਟ ਪਿਛਲੇ ਸਮੇਂ ਦੇ ਵਿੱਚ ਜਿਹੜੀ ਸਾਡੀ ਗਵਰਨਮੈਂਟ ਸੀ ਲਾਅਨ ਪੋਜੀਸ਼ਨ ਉਹਨਾਂ ਨੇ ਬੜੀ ਵਧੀਆ ਮੇਨਟੇਨ ਰੱਖੀ ਹੈ ਉਸੇ ਤਰ੍ਹਾਂ ਲੋਕਾਂ ਦੇ ਪ੍ਰਭਾਵ ਬਣਿਆ ਹੁੰਦਾ ਹੈ ਵੀ ਲੜਾਈ ਚਾਹਰਾ ਨਹੀਂ ਕਰਨਾ ਜੋ ਸਰਕਾਰ ਚਾਹੁੰਦੀ ਹੈ ਵੀ ਇਹ ਜਾ ਕੁਝ ਨਹੀਂ ਹੋਣ ਦੇਣਾ ਤੇ ਫਿਰ ਆਮ ਬੈਡ ਐਲੀਮੈਂਟਸ ਵੀ ਬੁੱਟੇ ਕਹਿ ਰਹਿੰਦਾ ਇਹਦੇ ਚ ਬਹੁਤ ਹੀ ਵੱਡੀ ਅਚੀਵਮੈਂਟ ਹੈ ਜਿਹੜੀ ਉਹ ਪੰਜਾਬ ਸਰਕਾਰ ਦੀ ਹੈ ਕਾਂਗਰਸ ਪਾਰਟੀ ਦੀ ਹੈ ਕਿਉਂ ਗਵਰਨਮੈਂਟ ਕਾਂਗਰਸ ਦੀ ਸੀ ਉਹਨਾਂ ਦੇ ਮੁਤਾਬਕ ਉਹਨਾਂ ਨੇ ਸਾਰਾ ਕੁਝ ਕੰਟਰੋਲ ਚ ਕਰਕੇ ਰੱਖਿਆ ਸੀ ਤਾਂ ਇਹ ਜਿਹੜਾ ਪੀਸਫੁਲੀ ਰਹਿਣਾ ਪੰਜਾਬ ਦੇ ਚ ਬਹੁਤ ਵੱਡੀ ਇਹ ਸਰਕਾਰ ਦੀ ਨੂੰ ਇਹ ਸਿਹਰਾ ਜਾਂਦਾ ਬੀਤੇ ਦਿਨੀ voting ਹੋਈ ਆ ਤੁਸੀਂ ਪਿੰਡਾਂ ਚ ਵੱਖ-ਵੱਖ ਪਿੰਡਾਂ ਚ ਗਏ ਹੋਵੋਗੇ ਤੈੱਕੀ ਲੱਗਦਾ ਕਿਹੋ ਜੀ ਸਥਿਤੀ ਹੈ ਕਿੰਨਾਂ ਕ ਲੋਕਾਂ ਨੇ ਹੰਗਾਰਾ ਦਿੱਤਾ ਹੋਇਆ ਸਕਦਾ ਹਾਲਾਂਕਿ ਤੁਹਾਡੀ ਜਿਹੜੀ ਕਿਸਮਤ ਹੈ ਉਹ EVM ਦੇ ਵਿੱਚ ਹੁਣ ਬੰਦ ਹੋ ਚੁੱਕੇ 10 ਮਾਰਚ ਨੂੰ ਖੁੱਲਣੀ ਹੈ ਤੇ ਤੁਹਾਨੂੰ ਕੀ ਲੱਗਦਾ ਵੇਖੋ ਵੀ ਇਲੈਕਸ਼ਨਾਂ ਮੈਂ ਪੰਜਵੀਂ ਇਲੈਕਸ਼ਨ ਲੜੀ ਹੈ ਬਹੁਤ ਅੱਛਾ ਰਿਸਪੌਂਸ ਸੀ ਬੜੀ ਲੋਕਾਂ ਨੇ ਪਿਆਰ ਦਿੱਤਾ ਜਿਹੜੇ ਪਿੰਡ ਵੀ ਜਾਂਦੇ ਸੀ ਵੇਟ ਕਰੀ ਜਾਂਦੇ ਹੁੰਦੇ ਸੀ ਲੇਟ ਵੀ ਹੋ ਜਾਂਦੇ ਹੋ ਜਾਂਦੇ ਸੀ ਦੋ ਦੋ ਢਾਈ ਢਾਈ ਘੰਟੇ ਲੇਟ ਚੱਲਦਾ ਸੀ ਪ੍ਰੋਗਰਾਮ ਜਿਹੜੇ ਪਿੰਡ ਚਲੇ ਜਾਂਦਾ ਜੀ ਪ੍ਰੋਗਰਾਮ ਇੱਕ ਸੀ ਤਿੰਨ ਤਿੰਨ ਬਣ ਜਾਂਦੇ ਵੀ ਨਹੀਂ ਉਹਨਾਂ ਦੇ ਵੀ ਹੁਕਮ ਜੋ ਉਹ ਵੀ ਸਾਨੂੰ ਚਾਹੁੰਦੇ ਨੇ ਉਹਨਾਂ ਦੀ ਚਾਹ ਪੀਓ ਨਵੇਂ ਜੁਆਇਨਿੰਗ ਹੈ ਇਹ ਜੇ ਕਰਕੇ ਮਤਲਬ ਲੋਕਾਂ ਦੇ ਵਿੱਚ ਬੜਾ ਮਤਲਬ ਐਕਸਾਈਟਮੈਂਟ ਸੀ ਮਤਲਬ ਸੋ ਬਹੁਤ ਅੱਛੀ ਲੈਕਚਰ ਵੀ ਕਿਹਨੂੰ ਬੜਾ ਬრავਦਿਆ ਲੈਕਚਰ ਦਾ ਮਹਾਰਤਸੀ ਦਾ ਮਤਲਬ ਹੁਣ ਫਿਰ 10 ਮਾਰਚ ਦੀ ਉਡੀਕ ਹੈ ਤੇ ਕਿੰਨੇ ਕੋਤਾ ਬੋਲੀ ਉਹ ਸਾਰੇ ਜਿਨ੍ਹਾਂ ਨੇ ਵੋਟ ਪਾਈ ਹੈ ਤੇ ਉਹਨਾਂ ਤੋਂ ਜ਼ਿਆਦਾ ਮੇਰੇ ਹਿਸਾਬ ਦੇ ਨਾਲ ਤੁਸੀਂ ਉਤਾਵਲੇ ਹੋਗੇ ਕਿ 10 ਮਾਰਚ ਤੋਂ ਈਵੀਐਮ ਖੁੱਲੇ ਤੇ ਕਦੋਂ ਨਤੀਜੇ ਆਉਣ ਤੇ ਲੱਗਦਾ ਹੈ ਕਿ ਇਸ ਵਾਰੀ ਫੇਰ ਰਿਪੀਟ ਹੋਗੀ ਕਾਂਗਰਸ ਬਿਲਕੁਲ ਕਾਂਗਰਸ ਰਿਪੀਟ ਹੋਗੀ ਜੀ ਤੇ ਐਕਸਾਈਟਮੈਂਟ ਤਾਂ ਹੁੰਦੀ ਹੈ ਜਿਹੜਾ ਵੋਟਰ ਤੇ ਸਪੋਰਟਰ ਹੁੰਦਾ ਉਹਦੇ ਚ ਬੜੀ ਹੁੰਦੀ ਹੈ ਸਾਡੇ ਨੂੰ ਵੀ ਉਹ ਤਾਂ ਇਹ ਹੁੰਦਾ ਵੀ ਕਿਉਂ ਉਹਨਾਂ ਨੇ ਮਰਨ ਮਰਉਣ ਤੱਕ ਹੁੰਦੇ ਆ ਉਹ ਚਾਰੀ ਮਹੀਨਾ ਮਹੀਨਾ ਪੈਰ ਜੁੱਤੀ ਨਹੀਂ ਪਾਉਂਦੇ ਘਰਾਂ ਦੇ ਵਿੱਚ ਰਾਤ ਨੂੰ 2 ਵਜੇ ਪੈਣਾ 2:30 ਵਜੇ ਪੈਣਾ ਕੋਈ ਰੋਟੀ ਦਾ ਨਹੀਂ ਹੁੰਦਾ ਉਹਨਾਂ ਨੂੰ ਪਾਣੀ ਦਾ ਨਹੀਂ ਹੁੰਦਾ ਸਿਰਫ ਇੱਕ ਹੀ ਗੱਲ ਵੇਖਦੇ ਆ ਵੀ ਅਸੀਂ ਆਪਦੇ ਉਮੀਦਵਾਰ ਨੂੰ ਜਿਤਾਉਣਾ ਤੇ ਸਾਡੀ ਪਾਰਟੀ ਅੱਗੇ ਆਵੇ ਇਹ ਪਿੰਡਾਂ ਵਾਲੇ ਸਾਡੇ ਬੜੇ ਸਾਫ਼ ਦਿਲ ਹੈ ਉਹਨਾਂ ਦੇ ਮਨ 'ਚ ਕੋਈ ਭਾਪ ਨਹੀਂ ਹੁੰਦਾ ਬਸ ਉਹਦਾ ਇੱਕ ਨਿਸ਼ਾਨਾ ਹੁੰਦਾ ਵੀ ਇਸ ਅਸੀਂ ਆਪਦੇ ਐਮਐਲਏ ਨੂੰ ਜਿਤਾਉਣਾ ਹੈ ਤੇ ਸਰਕਾਰ ਲੈ ਕੇ ਆਉਣੀ ਹੈ ਇਹ ਮੈਂ ਮਾਹੌਲ ਵੇਖਿਆ ਐ ਕਿ ਸਾਡੇ ਪਿੰਡਾਂ 'ਚ ਵੀ ਮਤਲਬ ਜੇ ਕਿਸੇ ਨੂੰ ਰਾਤ ਨੂੰ 11 ਵਜੇ ਫੋਨ ਕਰਦੇ ਸੀ ਉਹ ਵੀ ਕਹਿੰਦਾ ਸੀ ਮੈਂ ਫਿਰ ਘਰਾਂ 'ਚ ਬੁੱਟਾ ਮੰਗਦਾ ਫਿਰਦਾ ਸੋ ਬਹੁਤ ਵਧੀਆ ਮਾਹੌਲ ਸੀ ਜੀ ਤੇ ਕੀ ਲੱਗਦਾ ਹੈ ਕਿ ਚੰਨੀ ਸਾਹਿਬ ਦੇ 111 ਦਿਨ ਤੇ ਉਸ ਤੋਂ ਪਹਿਲਾਂ ਕੈਪਟਨ ਮਿੰਦਰ ਸਿੰਘ ਦੇ 4.5 ਪੂਨੇ 5 ਸਾਲ ਦਾ ਕਾਰਜਕਾਲ ਕਿਹਨਾਂ ਨੂੰ ਦੇਖ ਕੇ ਵੋਟ ਪਈ ਹੋ ਸਕਦੀ ਹੈ ਤੁਹਾਨੂੰ ਕੀ ਲੱਗਦਾ ਵੇਖੋ ਜਿਹੜੇ ਚੰਨੀ ਸਾਹਿਬ ਨੇ ਜਿਹੜੇ 111 ਦਿਨ ਦੇ ਵਿੱਚ ਬੜੇ ਇਤਿਹਾਸਿਕ ਫੈਸਲੇ ਤੇ ਵਧੀਆ ਫੈਸਲੇ ਕੀਤੇ ਲੋਕ ਹਿੱਤਾਂ ਦੇ ਵਿੱਚ ਚੰਨੀ ਸਾਹਿਬ ਨੇ 111 ਦਿਨਾਂ ਦੇ ਵਿੱਚ ਹੀ ਹਰੇਕ ਮਤਲਬ ਪੰਜਾਬ ਦੇ ਵੋਟਰ ਦੇ ਆਪਦੀ ਦਿਲ ਚ ਜਗ੍ਹਾ ਬਣਾਈ ਉਹਨਾਂ ਨੇ ਉਹਨਾਂ ਨੇ ਮਤਲਬ ਬੜਾ ਪਿਆਰ ਖਟਿਆ ਲੋਕਾਂ ਨੇ ਵਿਸ਼ਵਾਸ ਜਿੱਤਣ ਦੀ ਗੱਲ ਹੁੰਦੀ ਹੈ ਰਾਜਨੀਤੀ 'ਚ ਉਹਨਾਂ ਨੇ ਜਨਤਾ ਦਾ ਵਿਸ਼ਵਾਸ ਜਿੱਤਿਆ ਜਨਤਾ ਇਹ ਮੰਨ ਗਈ ਵੀ ਇਹ ਸਾਡਾ ਚੀਫ ਮਿਨਿਸਟਰ ਨੂੰ ਦੁਬਾਰਾ ਟਾਈਮ ਦਈਏ ਟਾਈਮ ਥੋੜਾ ਮਿਲਿਆ ਸੀ ਲੋਕਾਂ ਦੇ ਮਨਾਂ ਵਿੱਚ 5 ਸਾਲ ਇਹਨਾਂ ਨੂੰ ਦਈਏ ਜੋ 5 ਸਾਲਾਂ ਜਿਹੜੇ 3 ਮਹੀਨੇ ਚ ਇਹਨੇ ਸੋਨੇ ਕੰਮ ਕਰ ਸਕਦੇ ਆ ਪੰਜਾਂ ਚ ਹੋਰ ਵੀ ਵਧੀਆ ਕਰਨਗੇ ਇਸ ਕਰਕੇ ਜਨਤਾ ਦਾ 100% ਚੱਕਾ ਚੰਨੀ ਵੱਲ ਸੀ ਇੱਕ ਵਾਰੀ ਹੋ ਇੱਕ ਹੋਰ ਇਸ ਵਾਰੀ ਬੜੀ ਖਾਸ ਚੀਜ਼ ਰਹੀ ਹੈ ਪਰਸੈਂਟੇਜ ਵੋਟ ਦੀ ਪਰਸੈਂਟੇਜ ਹਾਲਾਂਕਿ ਮੰਨੇ ਜਾਂਦਾ ਕਿ ਜੇਕਰ ਘੱਟ ਪਰਸੈਂਟ ਵੋਟ ਹੋਏ ਤਾਂ ਉਹ ਸਥਾਨਿਕ ਸਰਕਾਰ ਸਮੇਂ ਦੀ ਸਰਕਾਰ ਦੇ ਲਈ ਫਾਇਦੇਮੰਦ ਸਾਬਤ ਹੁੰਦੀ ਹੈ ਤਾਂ ਇਸ ਵਾਰੀ ਲੇਕਿਨ 15 ਸਾਲ ਦੇ ਰਿਕਾਰਡ ਦੇ ਵਿੱਚ ਸਭ ਤੋਂ ਘੱਟ ਪਰਸੈਂਟੇਜ ਵੋਟ ਇਸ ਵਾਰੀ ਦੇਖ ਕੇ ਗਿਆ 93.65% ਤਾਂ ਕੀ ਲੱਗਦਾ ਤੁਹਾਨੂੰ ਕਿ ਕਿਤਨਾ ਕਿਤੇ ਕਾਂਗਰਸ ਦੇ ਲਈ ਫਾਇਦੇਮੰਦ ਸਾਬਤ ਹੋ ਸਕਦੀ ਬਿਲਕੁਲ ਇਹ ਤਾਂ ਗੱਲ ਬਣੀ ਆਈ ਹੈ ਜੀ ਐਂਟੀ ਇਨਫਰੈਂਸੀ ਘਟਾ ਜਦੋਂ ਇਹ ਹੁੰਦੀ ਆ ਵਿਰੋਧਤਾਵਾਦ ਹੁੰਦੀ ਆ ਲੋਕ ਗਰਮੀ ਨਾਲ ਗੁੱਸੇ ਨਾਲ ਬੋਟ ਉਲਟ ਵੱਧ ਪਾ ਕੇ ਆਉਂਦੇ ਨੇ ਜਦੋਂ ਪਹਿਲਾਂ ਸਰਕਾਰ ਵਧੀਆ ਢੰਗ ਨਾਲ ਚੱਲੀ ਚੰਨੀ ਸਾਹਿਬ ਦੇ ਜਿਹੜੇ ਇੱਕ ਕਾਰਜਕਾਲ ਦੇ ਵਿੱਚ ਵਧੀਆ ਕੰਮ ਹੋਏ ਲੋਕਾਂ ਨੇ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਲੋਕਾਂ ਦੇ ਮਨ ਚ ਸੀ ਇੱਕ ਵਾਰੀ ਚੰਨੀ ਸਾਹਿਬ ਨੂੰ ਫੇਰ ਲੈ ਕੇ ਜੀ ਵਿਰੋਧੀਆਂ ਦੀ ਬੋਲਤੀ ਬੰਦ ਹੋ ਗਈ ਇਹਦਾ ਫਾਇਦਾ ਸਾਨੂੰ ਹੋਇਆ ਤੇ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਰਾਮਪੁਰਾ ਫੂਲ ਤੋਂ ਕਿਹੜੇ ਕਿਹੜੇ ਜਿਹਨੇ ਕਿ ਜਿਹੜੇ ਕੰਮ ਨਹੀਂ ਹੋਏ ਜਾਂ ਫਿਰ ਅੱਗੇ ਹੁਣ ਜੇਕਰ ਤੁਸੀਂ ਜਿੱਤਦੇ ਹੋ ਜਾਂ ਫਿਰ ਤੁਹਾਡੀ ਸਰਕਾਰ ਬਣਦੀ ਹੈ ਉਹ ਪ੍ਰਾਇੋਰਟੀ ਦੇ ਤੌਰ ਤੇ ਤਰਜੀਹ ਦੇ ਤੌਰ ਤੇ ਪਹਿਲਾਂ ਕਰੂਗੇ ਪਹਿਲਾਂ ਸਾਡੇ ਅਸੀਂ ਕੋਈ ਨਾ ਕੋਈ ਵਧੀਆ ਇੰਡਸਟਰੀ ਵੱਡੀ ਲੈ ਕੇ ਆਵਾਂਗੇ ਜਿੱਥੇ ਸਾਡੇ ਨੌਜਵਾਲ ਰੋਜ਼ਗਾਰ ਕਰ ਸਕਣ ਆਪਣੇ ਪੈਰਾਂ ਦੇ ਖੜਾ ਹੋ ਸਕਣ ਕਿਉਂ ਸਰਕਾਰੀ ਨੌਕਰੀਆਂ ਨਹੀਂ ਮਿਲ ਸਕਦੀਆਂ ਹੁਣ ਪ੍ਰਾਈਵੇਟ ਜਿਹੜੀ ਆਪਣਾ ਸੈਕਟਰ ਦੇ ਵਿੱਚ ਜੋਬ ਹੈ ਉਹ ਵੀ ਚੰਗੀਆਂ ਇਹ ਤੇ ਦਿੰਦੇ ਆ ਮੇਰੀ ਕੋਸ਼ਿਸ਼ ਹੋਊਗੀ ਵੱਡਾ ਪ੍ਰੋਜੈਕਟ ਲਿਆ ਕੇ ਕਾਰਖਾਨਾ ਵਗੈਰਾ ਇੰਡਸਟਰੀ ਇਸ ਹਲਕੀ ਚਲਾਈ ਜਾਵੇ ਤਾਂ ਜੋ ਸਾਡੇ ਇਸ ਇਲਾਕੇ ਦੇ ਬੱਚੇ ਆ ਉਹ ਆਪਣਾ ਰੁਜ਼ਗਾਰ ਤੇ ਜਾ ਸਕਣ ਦੇ ਇਲੈਕਸ਼ਨਾਂ ਹੋ ਗਈਆਂ ਵੋਟਾਂ ਪੈ ਗਈਆਂ ਤੇ ਹੁਣ ਤੁਹਾਡੇ ਡੇਲੀ ਰੂਟੀਨ ਹੁਣ ਕੀ ਰਹੂਗੀ ਜਦੋਂ ਤੱਕ ਰਿਜ਼ਲਟ ਨਹੀਂ ਆਉਂਦਾ ਕਿਉਂਕਿ ਖਾਸ ਤੌਰ ਤੇ ਇਹੀ ਚੀਜ਼ ਤੇ ਸਾਡਾ ਇਹ ਪ੍ਰੋਗਰਾਮ ਹੈ ਕਿ ਆਖਿਰ ਉਮੀਦਵਾਰ ਹੁਣ ਕੀ ਕਰ ਰਹੇ ਨੇ ਹਾਲਾਂਕਿ ਦੇਖ ਰਿਹਾ ਕਿ ਲੋਕ ਤੁਹਾਨੂੰ ਮਿਲਣ ਲਈ ਜ਼ਰੂਰ ਆਏ ਨੇ ਕਿ ਕੱਲ ਦੇ ਸਮੀਕਰਨ ਕੀ ਰਹੇ ਸੀਗੇ ਉਸ ਬਾਬਤ ਤੁਸੀਂ ਚਰਚਾ ਵੀ ਕਰ ਰਹੇ ਹੋ ਅਸੀਂ ਦੇਖਿਆ ਸਾਰਿਆਂ ਨੇ ਤਾਂ ਫਿਰ ਹੁਣ ਅੱਗੇ ਦੀ ਰਣਨੀਤੀ ਕੀ ਰਹਿ ਸਕਦੀ ਤੁਹਾਡੀ ਆਉਣ ਵਾਲੇ ਦਿਨਾਂ ਦੀ ਦੇਖੋ ਦੋ ਤਿੰਨ ਦਿਨ ਦਾ ਸਕਾਪਟੀ ਨਹੀਂ ਦੇਣੀ ਸਕਾਊਟ ਲੈ ਵੀ ਜਾਂਦੀ ਹੈ ਜਦੋਂ ਇਹ ਦੋਸਤ ਮਿੱਤਰ ਬੋਟਰ ਸਪੋਰਟਰ ਜਦੋਂ ਅਗੇ ਘਰੇ ਆ ਕੇ ਦੱਸ ਦਿਆ ਵੀ ਚਿੰਤਾ ਹੀ ਨਾ ਕਰੋ ਚੱਕ ਤੇ ਫਟੇ ਤੇ ਹੁਣ ਅੱਜ ਵੀ ਜਿਵੇਂ ਹਾਲ ਨਹੀਂ ਦਈ ਜਾਂਦੀ ਹੈ ਵੇਖ ਹੀ ਰਹੇ ਤੁਸੀਂ ਸੋ ਹੌਲੀ ਹੌਲੀ ਇੱਕ ਦਿਨ ਚ ਬੋਡੀ ਸੈੱਟ ਹੋ ਜੂਗੀ ਤੇ ਫਿਰ ਫਿਰ ਰੂਟੀਨ ਵਰਕ ਚੇਜ ਆਊਗਾ ਉਹ ਵੇਖਾਂਗੇ ਮਤਲਬ ਕਿ 10 ਮਾਰਚ ਤੋਂ ਪਹਿਲਾਂ ਪਹਿਲਾਂ ਥੋੜਾ ਜਿਹਾ ਰਿਲੈਕਸੇਸ਼ਨ ਜਰੂਰ ਮਹਿਸੂਸ ਕਰ ਰਹੇ ਹਾਂ ਬਿਲਕੁਲ ਨੈਚੁਰਲੀ ਗੱਲ ਹੈ ਕਿੱਥੇ ਤੜਕਿਉ 5 ਵਜੇ ਉੱਠ ਕੇ ਤਿਆਰ ਹੋ ਕੇ 7 ਵਜੇ ਗੱਡੀਆਂ 'ਚ ਬੈਠ ਕੇ ਪਿੰਡਾਂ ਜਿਨੇ ਕ ਜਾਂਦੇ ਸੀ ਕਿਤੇ ਅੱਜ ਹੀ ਮੈਂ 8 ਵਜੇ ਉੱਠਿਆ ਤੇ ਫਿਰ ਵੀ ਮੈਨੂੰ ਐ ਸੀ ਹੋਰ ਪਿਆਰ ਆਵਾ ਤੇ ਰਾਤ ਵੀ ਜਲਦੀ ਪੈ ਗਿਆ ਮਤਲਬ ਰਾਤ ਤੱਕ ਲੇਟੋ ਗਏ ਕੱਲ ਦੇ ਤਾਂ ਅੱਜ ਫਰਕ ਹੈਗਾ ਐ ਨੈਚਰਲੀ ਬਟਨ ਦਾ ਤੇ ਕੀ ਲੱਗਦਾ ਹੈ ਕਿ ਕਾਂਗਰਸ ਦੀ ਸਰਕਾਰ ਆਉਣ ਤੇ ਕਿਹੋ ਜਿਹਾ ਬਦਲਾ ਹੋ ਸਕਦਾ ਜੋ ਪਹਿਲਾਂ 4.5 ਪੌਣੇ 5 ਸਾਲ ਕਪਟਨ ਦੇ ਕਾਰਜਕਾਲ ਚ ਨਹੀਂ ਹੋ ਸਕਿਆ ਜਾਂ ਫਿਰ ਜਿਵੇਂ ਚੰਨੀ ਸਾਹਿਬ ਨੇ ਕਿਹਾ ਕਿ ਮੈਨੂੰ 111 ਦਿਨ ਬਹੁਤ ਘੱਟ ਦਿਨ ਮਿਲੇ ਨੇ ਤਾਂ ਅੱਗੇ ਹੋਰ ਮਿਲਨੇ ਚਾਹੀਦੇ ਮੇਰੇ ਖੁਪੰਜਾਬ ਦੇ ਲੋਕਾਂ ਨੇ ਇਹ ਤਹਿैया ਕੀਤਾ ਜਿਹੜੀ ਵੋਟ ਚੰਨੀ ਸਾਹਿਬ ਦੇ ਮੂੰਹ ਨੂੰ ਕਾਫੀ ਹੱਦ ਤੱਕ ਇਹ ਸਪਈ ਹੈ ਸਿਰ ਦੇ ਹੀ ਵੀ ਚੰਨੀ ਸਾਹਿਬ ਦੇ ਜਿਹੜੇ 3 ਮਹੀਨੇ ਦੇ ਕੰਮ ਸੀ ਛੋਟਾ ਟਾਈਮ ਸੀ ਅਸੀਂ ਹੁਣ 5 ਟਾਈਮ 5 ਸਾਲ ਉਹਨਾਂ ਨੂੰ ਟਾਈਮ ਦੇਣਾ ਹੈ ਲੋਕਾਂ ਨੇ ਇਸੇ ਕਾਰਗੁਜ਼ਾਰੀ ਤੇ ਚੰਨੀ ਸਾਹਿਬ ਨੂੰ ਟਾਈਮ ਦੇਣਗੇ ਬਿਲਕੁਲ ਅਮ੍ਰੇਤਾ ਜੋ ਗੁਰਪ੍ਰੀਤ ਕੰਗੜਹੋਰੀ ਨੇ ਉਹ ਅੱਜ ਰੁਟੀਨ ਦੇ ਤਹਿਤ ਜੋ ਲੋਕਾਂ ਦੇ ਵਿਚ ਵਿਚਰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਜੋ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਉਹਨਾਂ ਦੇ ਨਾਲ ਚਰਚਾ ਕੀਤੀ ਜਾ ਰਹੀ ਹੈ ਅੱਜ ਤੇ ਜਿੱਦਾਂ ਜ਼ਿਕਰ ਕੀਤਾ ਕੰਗੜ ਸਾਹਿਬ ਉਹਨਾਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਥੋੜਾ ਜਿਹਾ ਰਿਲੈਕਸੇਸ਼ਨ ਮਹਿਸੂਸ ਕਰਾਂਗੇ ਕਿਉਂਕਿ ਜਿੱਥੇ ਲਗਾਤਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਿੰਡਾਂ ਦੇ ਵਿੱਚ ਦੌਰਾ ਕੀਤਾ ਜਾਂਦਾ ਸੀ ਜਾਂ ਫਿਰ ਪ੍ਰਚਾਰ ਕੀਤਾ ਜਾਂਦਾ ਸੀ ਲੇਕਿਨ ਹੁਣ ਆਰਾਮ ਫਰਮਾਉਣਗੇ 10 ਮਾਰਚ ਦਾ ਬੇਹਦ ਉਤਾਵਲੇ ਨੇ ਦਿਨ ਦੇਖਣ ਦੇ ਲਈ ਕਿਉਂਕਿ ਜਦੋਂ ਕਿਸਮਤ ਖੁੱਲਣੀ ਹੈ ਤਾਂ ਹੋ ਸਕਦਾ ਕਿ ਪਾਸੇ ਪਾਰਟੀ ਜਾਣ ਹੋ ਸਕਦਾ ਕਿ ਵੱਡੇ ਥੰਮਗਰ ਨੇ ਜਾਂ ਫਿਰ ਹੋ ਸਕਦਾ ਹੈ ਕਿ ਪਰਸੈਂਟ ਦੇ ਹਿਸਾਬ ਦੇ ਨਾਲ ਲੋਕ ਕਿਸੇ ਪਾਰਟੀ ਨੂੰ ਇੱਕ ਨੂੰ ਫਤਵਾ ਸਨਾਂ